ਸ਼੍ਰੀ ਅਦਾਲ ਦੋਸਤੋ ਪੰਜਾਬ ਵੈਦਰ نیوز YouTube ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਪੰਜਾਬ ਦੀਆਂ ਤਾਜ਼ਾਤਰੀਨ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੂਬੇ ਪੰਜਾਬ ਦੀਆਂ ਤਾਜ਼ਾਤਰੀਨ ਖਬਰਾਂ ਤੁਹਾਡੇ ਨਾਲ ਵਿਸਥਾਰ ਪੂਰਵਕ ਸਾਂਝੀਆਂ ਕਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਉਸ ਤੋਂ ਪਹਿਲਾਂ ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਜਿੰਨਾ ਵੀਰਾਂ ਭੈਣਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰ ਲਓ ਆਕੇ ਖਬਰਾਂ ਦਾ ਤਾਜ਼ਾਤਰੀ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਉੱਤੇ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ ਕਿਉਂਕਿ ਤੁਹਾਡਾ ਹਰ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੱਜ ਦੀਆਂ ਝੂਣੀਆਂ ਖਬਰਾਂ ਬਾਰੇ ਇੰਟਰਨੈਟ ਬੰਦ ਕਰਨ ਉੱਤੇ ਗੁੱਸੇ ਚਾਏ ਕਿਸਾਨ ਆਗੂ ਸਟੇਜ ਤੋਂ ਦੇ ਦਿੱਤੀ ਚੇਤਾਵਨੀ ਗੋਲੀ ਮਾਰੋ ਨਾਰੇ ਤੇ ਬੀਜੇਪੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਵਾਲੇ ਆਈਪੀਐਸ ਅਫਸਰ ਨੇ ਦਿੱਤਾ ਅਸਤੀਫਾ सिरसा ਨੇ ਦਿੱਤੀ ਜਾਣਕਾਰੀ ਤਿਹਾਰ جیل ਚ ਬੰਦ ਹਨ 26 ਜਨਵਰੀ ਤੋਂ ਲਾਪਤਾ ਹੋਏ ਮੋਗੇ ਜ਼ਿਲ੍ਹੇ ਦੇ 11 ਨੌਜਵਾਨ ਕਿਸਾਨਾਂ ਨੇ ਘੇਰਿਆ ਭਾਜਪਾ ਦਾ ਸੀਨੀਅਰ ਆਗੂ ਅਵਿਨਾਸ਼ رائے ਖੰਨਾ ਦਿੱਤੀ ਚੇਤਾਵਨੀ ਢੀਂਡਸਾ ਨੇ આજ ਤੱਕ ਚੈਨਲ ਵਿਰੋਧ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੀ ਪਟੀਸ਼ਨ ਕਿਸਾਨੀ ਸੰਘਰਸ਼ ਲਈ ਵੱਡਾ ਜਥਾ ਦਿੱਲੀ ਲਈ ਰਵਾਨਾ ਮਰੀਂਡਾ ਵਿਖੇ ਪੋਲਟਰੀ ਫਾਰਮ ਵਿੱਚੋਂ ਮਿਲੀਆਂ ਦੋ ਲਾਸ਼ਾਂ ਇਲਾਕੇ ਵਿੱਚ ਫੈਲੀ ਸੰਸਨੀ ਪੰਜਾਬ ਬर्ड ਫਲੂ ਤੋਂ ਸੁਰੱਖਿਅਤ ਪਸ਼ੂ ਪਾਲਣ ਮੰਤਰੀ ਦਾ ਖੁਲਾਸਾ ਅਕਾਲੀ ਦਲ ਦੀ ਪਾਰਟੀ ਵਰਕਰਾਂ ਨੂੰ ਅਪੀਲ ਤੁਰੰਤ ਪਹੁੰਚੋ ਦਿੱਲੀ ਧਰਨੇ ਵਾਲੀਆਂ ਥਾਵਾਂ ਉੱਤੇ ਅੰਦੋਲਨ 'ਚ ਹੁਣ ਪਹਿਲਾਂ ਨਾਲੋਂ ਵੀ ਵੱਧ ਲੋੜ ਬਜਟ ਸੈਸ਼ਨ ਤੋਂ ਪਹਿਲਾਂ ਸਰਬ ਪਾਰਟੀ ਮੀਟਿੰਗ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ ਖੁੱਲਾ ਹੈ ਕਿਸਾਨਾਂ ਨਾਲ ਗੱਲਬਾਤ ਦਾ ਰਾਹ ਕਿਸਾਨਾਂ ਦੇ ਸਮਰਥਨ 'ਚ ਚੰਡੀਗੜ੍ਹ ਵਿੱਚ ਵਕੀਲਾਂ ਦੀ ਭੋਖ ਹੜਤਾਲ ਪੰਚਕੁਲਾ 'ਚ ਭਾਜਪਾ ਨੇ ਇਸ ਗੱਲੋਂ ਕੱਢਿਆ ਰੂਸ ਮਾਰਚ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਹੋਈ ਹਿੰਸਾ ਉੱਤੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ ਹੁਣ ਖਬਰਾਂ ਦੋਸਤੋ ਗੱਲ ਕਰਾਂਗੇ ਵਿਸਥਾਰ ਨਾਲ ਗੱਲ ਕਰਾਂਗੇ ਸਭ ਤੋਂ ਪਹਿਲੀ ਤੇ ਖਾਸ ਖਬਰ ਧਿਆਨ ਨਾਲ ਸੁਣਨਾ ਜੀ ਇੰਟਰਨੈਟ ਬੰਦ ਕਰਨ ਉੱਤੇ ਗੁੱਸੇ ਚਾਏ ਕਿਸਾਨ ਆਗੂ ਸਟੇਜ ਤੋਂ ਦੇ ਦਿੱਤੀ ਚੇਤਾਵਨੀ ਖਬਰ ਬਹੁਤ ਅਹਿਮ ਹੈ ਜੀ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਉੱਤੇ ਡਟੇ ਕਿਸਾਨਾਂ ਨੇ ਗਾਜੀਪੁਰ ਸਿੰਘੂ ਅਤੇ ਟਿਕਰੀ ਬਾਰਡਰ ਸਣੇ ਹੋਰ ਇਲਾਕਿਆਂ ਵਿੱਚ ਅੰਦੋਲਨ ਹੋਰ ਤਿੱਖਾ ਕਰ ਦਿੱਤਾ ਹੈ ਭਾਰਤੀ ਕਿਸਾਨ ਯੂਨੀਅਨ ਨੇ ਯੂਪੀ ਸਰਕਾਰ ਦੇ ਹੁਕਮਾ ਉਤੇ ਗਾਜ਼ੀਪੁਰ ਸਰਹੱਦ ਉਤੇ ਬੰਦ ਕੀਤੀ ਗਈ ਇੰਟਰਨੈਟ ਸੇਵਾ ਉਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ ਕਿਸਾਨੀ ਸਟੇ ਤੋਂ ਕਿਸਾਨਾਂ ਗੂ ਅਭਿਮਨਿਉ ਕੋਹਾਰ ਨੇ ਮੋਦੀ ਸਰਕਾਰ ਨੂੰ ਰਾਜ ਕੇ ਲਾਂਤਾਂ ਪਾਈਆਂ ਹਨ ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਨੀਤੀ ਹੈ ਕਿ ਕੁੱਟ ਡਾਲੋ ਔਰ ਰਾਜ ਕਰੋ ਮੋਦੀ ਸਰਕਾਰ ਸਾਨੂੰ ਕੁੱਟ-ਕੁੱਟ ਕੇ ਰਾਜ ਕਰ ਰਹੀ ਹੈ ਉਹਨਾਂ ਕਿਹਾ ਕਿ ਭਾਜਪਾ ਸਰਕਾਰ ਦਾ ਸਾਜ਼ਿਸ਼ ਰਚਨਾ ਪੁਰਾਣਾ ਤੰਦਾ ਹੈ ਕਿਉਂਕਿ ਭਾਰਤ ਵਿੱਚ ਕਦੇ ਹਿੰਦੂ ਮੁਸਲਮਾਨ ਦੇ ਨਾਂ ਉੱਤੇ ਤੇ ਕਦੇ ਹਰਿਆਣਾ ਚ ਜਾਟ ਨਾਲ ਜਾਟ ਦੇ ਨਾਂ ਉੱਤੇ ਲੜਾਉਂਦੇ ਹਨ ਕਦੇ ਗੁਜਰਾਤ ਵਿੱਚ ਪਟੇਲ ਨਾਲ ਪਟੇਲ ਦੇ ਨਾਂ ਤੇ ਲੜਾਉਂਦੇ ਰਹੇ ਹਨ ਕਦੇ ਮਹਾਰਾਸ਼ਟਰ ਵਿੱਚ ਮਰਾਠਾ ਨਾਣ ਮਰਾਠਾ ਦੇ ਨਾਂ ਉੱਤੇ ਲੜਾਉਂਦੇ ਹਨ ਅਗਲੀ ਅਹਿਮ ਖਬਰ ਗੋਲੀ ਮਾਰੂ ਨਾਰੇ ਉੱਤੇ ਬੀਜੇਪੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਵਾਲੇ ਆਈਪੀਐਸ ਅਫਸਰ ਨੇ ਦਿੱਤਾ ਅਸਤੀਫਾ ਬੰਗਾਲ ਚ ਰਾਜਨੀਤਿਕ ਪ੍ਰਦਰਸ਼ਨ ਦੌਰਾਨ ਗੋਲੀ ਮਾਰੂ ਦਾ ਨਾਹਰਾ ਲਗਾਉਣ ਵਾਲੇ ਬੀਜੇਪੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਵਾਲੇ ਪੁਲਿਸ ਅਫਸਰ ਹਮਾਇੂ ਕਬੀਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਬੀਰ ਦਾ ਕਹਿਣਾ ਹੈ ਕਿ ਇਹ ਨਿੱਜੀ ਕਾਰਨ ਤੋਂ ਅਸਤੀਫਾ ਦਿੱਤਾ ਹੈ ਹਮਾਇੂ ਕਲਕੱਤਾ ਨੇੜੇ ਚੰਦਨਨਗਰ ਦੇ ਪੁਲਿਸ ਕਮਿਸ਼ਨਰ ਹਨ ਹਮਾਇੂ ਕਬੀਰ ਨੂੰ ਦਸੰਬਰ 'ਚ ਇੰਸਪੈਕਟਰ ਜਨਰਲ ਦੇ ਰੈਂਕ ਦੀ ਪ੍ਰੋਮੋਸ਼ਨ ਮਿਲੀ ਸੀ ਅਗਲੀ ਅਹਿਮ ਖਬਰ सिरसा ਨੇ ਦਿੱਤੀ ਜਾਣਕਾਰੀ ਤੇ ਹੜ੍ਹ ਜੇਲ੍ਹ 'ਚ ਬੰਦ ਹਨ 26 ਜਨਵਰੀ ਤੋਂ ਲਾਪਤਾ ਹੋਏ ਮੋਗਾ ਜ਼ਿਲ੍ਹੇ ਦੇ 11 ਨੌਜਵਾਨਾਂ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਲਾਪਤਾ ਹੋਏ ਜ਼ਿਲ੍ਹਾ ਮੋਗਾ ਦੇ 11 ਨੌਜਵਾਨ ਦਿੱਲੀ ਦੀ ਤਿਹਾਰ ਜੇਲ੍ਹ 'ਚ ਬੰਦ ਹਨ ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ ਉਹਨਾਂ ਦੱਸਿਆ ਕਿ 26 ਜਨਵਰੀ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸਨ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਖੁਦ ਦਿੱਲੀ ਦੇ ਜੁਆਇੰਟ ਕਮਿਸ਼ਨਰ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਕੇ ਜਾਣਕਾਰੀ ਲਈ ਹੈ ਸਿਰਸਾ ਮੁਤਾਬਕ ਜੁਆਇੰਟ ਪੁਲਿਸ ਕਮਿਸ਼ਨਰ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਹਿੰਸਾ ਦੇ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਸਾਰੇ ਨੌਜਵਾਨਾਂ ਨਾਲ ਨਿਰਪੱਖਤਾ ਨਾਲ ਨਜਿੱਠਿਆ ਜਾਵੇਗਾ ਅਤੇ ਕਿਸੇ ਨੂੰ ਵੀ ਗੈਰਕਾਨੂੰਨੀ ਢੰਗ ਨਾਲ ਨજરਬੰਦ ਨਹੀਂ ਕੀਤਾ ਜਾਵੇਗਾ। ਅਗਲੀ ਅਹਿਮ ਖਬਰ ਕਿਸਾਨਾਂ ਨੇ ਘੇਰਿਆ ਭਾਈਪਾ ਦਾ ਸੀਨੀਅਰ ਆਗੂ ਅਵਿਨਾਸ਼ رائے ਖੰਨਾ ਦਿੱਤੀ ਚੇਤਾਵਨੀ। ਖਬਰ ਆ ਰਹੀ ਹੈ ਜੀ ਜਲਾਲਾਬਾਦ ਤੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਸ਼ਨੀਵਾਰ ਨੂੰ ਭਾਈਪਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸੀਨੀਅਰ ਆਗੂ ਅਵਿਨਾਸ਼ رائے ਖੰਨਾ ਦੇ ਜਲਾਲਾਬਾਦ ਵਿਖੇ ਭਾਜਪਾ ਵਰਕਰ ਦੇਵਾਸ਼ ਪਾਸ ਕਰਦੇ ਦਫ਼ਤਰ ਵਿਖੇ ਪਹੁੰਚਣ ਉਤੇ ਤਿੱਖਾ ਵਿਰੋਧ ਕੀਤਾ ਗਿਆ ਤੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਉਮੀਦਵਾਰ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕਿਹਾ ਕਿ ਕੇਂਦਰ ਸਰਕਾਰਾਂ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾ ਖਿਲਾਫ ਪਿਛਲੇ 65 ਦਿਨਾਂ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਉਹਨਾਂ ਕਹਿੰਦੇ ਕਿ ਇਹ ਕਾਨੂੰਨ ਸਿਰਫ ਕਿਸਾਨਾਂ ਦੇ ਖਿਲਾਫ ਨਹੀਂ ਬਲਕਿ ਹਰ ਉਹ ਕਿਰਤੀ ਲੋਕਾਂ ਖਿਲਾਫ ਹਨ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਛੋਟਾ ਦੁਕਾਨਦਾਰ ਜਾਂ ਛੋਟਾ ਵਪਾਰੀ ਅਗਲੀ ਖਬਰ ਟੀਨਸਾਨੇ આજ ਤੱਕ ਚੈਨਲ ਵਿਰੋਧ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੀ ਪਟੀਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੀਪ ਸਿੰਘ ਟੀਨਸਾਨੇ આજ ਤੱਕ ਚੈਨਲ ਵੱਲੋਂ ਸਿੱਖਾਂ ਦੇ ਵਿਰੁੱਧ ਚਲਾਏ ਜਾ ਰਹੇ ਵੰਡ ਪਾਉ ਏਜੰਡਾ ਖਿਲਾਫ ਦਿੱਲੀ ਹਾਈ ਕੋਰਟ ਵਿੱਚ ਇੱਕ ਜਨ ਹਿੱਤ ਪਟੀਸ਼ਨ ਦਾਇਰ ਕੀਤੀ ਹੈ ਜਿਸ ਨੂੰ ਅਦਾਲਤ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ ਤੇ ਇਸ ਸਬੰਧ ਵਿੱਚ ਅਗਲੀ ਸੁਣਵਾਈ 1 ਫਰਵਰੀ ਨੂੰ ਨਿਰਧਾਰਿਤ ਕੀਤੀ ਗਈ ਹੈ ਅਗਲੀ ਅਹਿਮ ਖਬਰ ਕਿਸਾਨੀ ਸੰਘਰਸ਼ ਲਈ ਵੱਡਾ ਜਥਾ ਦਿੱਲੀ ਲਈ ਰਵਾਨਾ ਸ਼ਹਿਰ ਦੇ ਸਥਾਨਕ ਭੂਤਾਂ ਵਾਲਾ ਖੂਹ ਤੋਂ ਦਿੱਲੀ ਲਈ ਇੱਕ ਵੱਡਾ ਜੱਥਾ ਰਵਾਨਾ ਹੋਇਆ ਹੈ ਇਹ ਖਬਰ ਆ ਰਹੀ ਹੈ ਜੀ ਭਗਤਾ ਭਾਈ ਤੋਂ ਜਾਣਕਾਰੀ ਦਿੰਦੇ ਹੋਏ ਹਰਪੰਨ ਸਿੰਘ ਨਿਹੰਗ ਨੇ ਦੱਸਿਆ ਕਿ 26 ਜਨਵਰੀ ਨੂੰ ਕੁਝ ਸ਼ਰਾਰਤੀ ਤਤਾਂ ਨੇ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਦੇ ਸਿੱਟੇ ਵੱਜੋਂ ਕੇਂਦਰ ਦੀ ਹਕੂਮਤ ਭਾਰਤੀ ਲੋਕਾਂ ਵਿੱਚ ਕਿਸਾਨਾਂ ਦੇ ਸੰਘਰਸ਼ ਨੂੰ ਦੰਗਾਈ ਰੂਪ ਦੇਣਾ ਚਾਹੁੰਦੀ ਹੈ ਉਹਨਾਂ ਕਹਿੰਦੇ ਕਿ ਸਭ ਧਰਮਾਂ ਦੇ ਲੋਕ ਜ਼ਮੀਨਾਂ ਦੇ ਮਾਲਕ ਹਨ ਇਸ ਲਈ ਇਹ ਲੜਾਈ ਕਿਸੇ ਇੱਕ ਧਰਮ ਦੀ ਨਹੀਂ ਸਗੋਂ ਇਸ ਵਿੱਚ ਸਭ ਧਰਮ ਅਤੇ ਵਰਗ ਦੇ ਲੋਕ ਸ਼ਾਮਲ ਹਨ। ਅਗਲੀ ਅਹਿਮ ਖਬਰ ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿੱਚੋਂ ਮਿਲੀਆਂ ਦੂਰ ਲਾਸ਼ਾਂ इलाके ਵਿੱਚ ਫੈਲੀ ਸਨਸਨੀ। ਜ਼ਿਲ੍ਹੇ ਦੇ ਮੋਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਸਮਾਣਾ ਖੁਰਦ ਵਿੱਚ ਬਣੇ ਇੱਕ ਪੋਲਟਰੀ ਫਾਰਮ ਚੋਂ ਇੱਕ 45 ਸਾਲਾ ਔਰਤ ਅਤੇ 50 ਸਾਲਾ ਵਿਅਕਤੀ ਦੀ ਬੀਤੀ ਰਾਤ ਲਾਸ਼ ਬਰਾਮਦ ਹੋਣ ਕਰਕੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਥਾਣਾ ਸਦਰ ਮੋਰਿੰਡਾ ਦੇ ਮੁਖੀ ਉਪੇਂਦਰ ਸਿੰਘ ਢਿੱਲੋਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪੋਲਟਰੀ ਫਾਰਮ ਚ ਖਰੜ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਅਤੇ ਇੱਕ ਮਰਿੰਡਾ ਨੇੜਲੇ ਪਿੰਡ ਦੇ ਵਿਅਕਤੀ ਨੇ ਠੰਡ ਕਾਰਨ ਜੁਗਾੜੂ ਗੈਸ ਹੀਟਰ ਲਾਇਆ ਹੋਇਆ ਸੀ ਜਿਸ ਚ ਉਸਨੇ ਡਿਸ਼ ਐਂਟੀਨਾ ਵਰਗੀ ਇੱਕ ਟ੍ਰੇ ਲਗਾ ਕੇ ਉਸ ਨੂੰ ਗੈਸ ਛੱਡੀ ਹੋਈ ਸੀ ਅਤੇ ਨੀਂਦ ਸਮੇਂ ਉਹਨਾਂ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ। ਮਰਿੰਡਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਗਲੀ ਖਬਰ ਪੰਜਾਬ ਬर्ड ਫਲੂ ਤੋਂ ਸੁਰੱਖਿਅਤ ਪਸ਼ੂ ਪਾਲਣ ਮੰਤਰੀ ਦਾ ਖੁਲਾਸਾ। ਪੰਜਾਬ ਦੇ ਲੋਕਾਂ ਲਈ ਇੱਕ ਚੰਗੀ ਖਬਰ ਹੈ ਪੰਜਾਬ ਬર્ડ ਫਲੂ ਤੋਂ ਲਗਭਗ ਸੁਰੱਖਿਅਤ ਹੈ ਇਹ ਖੁਲਾਸਾ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ਼੍ਰੀ ਤ੍ਰਿਪਤ ਰਾਜੇਂਦਰ ਸਿੰਘ ਬਾਜਵਾ ਨੇ ਅੱਜ ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਖੇਤਰੀ ਬਿਮਾਰੀ ਨਿਦਾਨ ਪ੍ਰਯੋਗਸ਼ਾਲਾ ਜਲੰਧਰ ਵਿਖੇ ਹੁਣ ਤੱਕ ਟੈਸਟ ਕੀਤੇ ਗਏ ਕੁੱਲ ਨਮੂਨਿਆਂ ਵਿੱਚੋਂ ਪੰਜਾਬ ਵਿੱਚ ਪੁੱਲਟਰੀ ਫਾਰਮਾਂ ਦਾ 99.5% ਬર્ડ ਫਲੂ ਤੋਂ ਮੁਕਤ ਸੀ ਉਹਨਾਂ ਨੇ ਕਿਹਾ ਕਿ ਸਿਰਫ 0.5% ਖੇਤਾਂ ਵਿੱਚ ਏਵIAN ਫਲੂ ਦਾ ਸੰਕਰਮਣ ਪਾਇਆ ਗਿਆ ਹੈ। ਅਗਲੀ ਖਬਰ ਅਕਾਲੀ ਦਲ ਦੀ ਪਾਰਟੀ ਵਰਕਰਾਂ ਨੂੰ ਅਪੀਲ ਤੁਰੰਤ ਪਹੁੰਚੋ ਦਿੱਲੀ ਧਰਨੇ ਵਾਲੀਆਂ ਥਾਂਵਾਂ ਉੱਤੇ ਅੰਦੋਲਨ 'ਚ ਹੁਣ ਪਹਿਲਾਂ ਨਾਲੋਂ ਵੀ ਵੱਧ ਲੋੜ ਕਿਸਾਨ ਅੰਦੋਲਨ ਨੂੰ ਹੁਲਾਰਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪਾਰਟੀ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਦੇ ਬਾਰਡਰ ਉੱਤੇ ਤਿੰਨ ਧਰਨਿਆਂ ਵਾਲੀ ਥਾਂ ਉੱਤੇ ਤੁਰੰਤ ਪਹੁੰਚਣ ਦਾ ਸੱਦਾ ਦਿੱਤਾ ਹੈ। ਮਜੀਠੀਆ ਨੇ ਅੰਦੋਲਨ ਤੋਂ ਵਾਪਸ ਭਰਤੇ ਪਾਰਟੀ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਿੰਘੂ ਟਿਕਰੀ ਤੇ ਗਾਜੀਪੁਰ ਵਿੱਚ ਧਰਨੇ ਵਾਲੀਆਂ ਥਾਵਾਂ ਉਤੇ ਤੁਰੰਤ ਵਾਪਸ ਪਰਤਣ ਦੀ ਪਹਿਲਾ ਨਾਲੋਂ ਵੀ ਜ਼ਿਆਦਾ ਲੋੜ ਹੈ। ਉਹਨਾਂ ਕਹਿ ਕੇ ਕੇਂਦਰ ਸਰਕਾਰ ਹਰਿਆਣਾ ਦੀ ਭਾਜਪਾ ਸਰਕਾਰ ਨਾਲ ਰਲ ਕੇ ਕਿਸਾਨ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ। ਅਗਲੀ ਅਹਿਮ ਖਬਰ ਬਜਟ ਸੈਸ਼ਨ ਤੋਂ ਪਹਿਲਾਂ ਸਰਬਪਾਰਟੀ ਮੀਟਿੰਗ 'ਚ ਬੋਲੇ ਪ੍ਰਧਾਨ ਮੰਤਰੀ ਮੋਦੀ ਖੁੱਲਾ ਹੈ ਕਿਸਾਨਾਂ ਨਾਲ ਗੱਲਬਾਤ ਦਾ। ਸੰਸਦ ਦੇ ਬਜਟ اجلاس ਸੰਬੰਧੀ ਹੋਈ ਸਰਬਪਾਰਟੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਹੈ ਕਿ ਕੇਂਦਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਰਾਹ ਜੇ ਵੀ ਖੁੱਲਾ ਹੈ ਉਹਨਾਂ ਕਹਿੰਦੇ ਕਿ ਉਹ ਖੇਤੀ ਮੰਤਰੀ ਨਰਿੰਦਰ ਤੂਮਰ ਦੀ ਗੱਲਬਾਤ ਨੂੰ ਦਰਹਵਾਣਾ ਚਾਹੁੰਦੇ ਹਨ ਕਿ ਬੇਸ਼ੱਕ ਸਰਕਾਰ ਅਤੇ ਕਿਸਾਨ ਕਿਸੇ ਵੀ ਆਮ ਸਹਿਮਤੀ ਉੱਤੇ ਨਹੀਂ ਪਹੁੰਚੇ ਹਨ ਪਰ ਸਰਕਾਰ ਆਪਣੇ ਪ੍ਰਸਤਾਵ ਅਜੇ ਵੀ ਕਾਇਮ ਰੱਖੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰੀ ਮੰਤਰੀ ਨਰਿੰਦਰ ਤੂਮਰ ਨੇ ਕਿਹਾ ਸੀ ਕਿ ਉਹ ਕਿਸਾਨਾਂ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ਉੱਤੇ ਹਨ ਜਦੋਂ ਵੀ ਕਿਸਾਨ ਉਹਨਾਂ ਨੂੰ ਕਾਲ ਕਰਨਗੇ ਉਹ ਗੱਲਬਾਤ ਲਈ ਤਿਆਰ ਹਨ ਅਗਲੀ ਖਬਰ ਕਿਸਾਨਾਂ ਦੇ ਸਮਰਥਨ ਚ ਚੰਡੀਗੜ੍ਹ ਵਿੱਚ ਵਕੀਲਾਂ ਦੀ ਭੁੱਖ ਹੜਤਾਲ ਪੰਚਕੁਲਾ ਚ ਭਾਜਪਾ ਨੇ ਇਸ ਗੱਲੋਂ ਕੱਢਿਆ ਰੂਸ ਮਾਰਚ ਖੇਤੀਬਾੜੀ ਕਾਨੂੰਨਾ ਵਿਰੋਧ ਦਿੱਲੀ ਵਿੱਚ ਰੂਸ ਕਰ ਰੇ ਸੰਯੁਕਤ ਰਾਜ ਮੋਰਚਾ ਦੇ ਸੱਦੇ ਉੱਤੇ ਚੰਡੀਗੜ੍ਹ ਵਿੱਚ ਵਕੀਲਾਂ ਨੇ ਇੱਕ ਰੋਜ਼ਾ ਭੁੱਖ ਹੜਤਾਲ ਕੀਤੀ ਉੱਥੇ ਹੀ 26 ਜਨਵਰੀ ਨੂੰ ਦਿੱਲੀ ਵਿੱਚ ਤਿਰੰਗੇ ਦੇ ਅਪਮਾਨ ਤੋਂ ਦੁਖੀ ਭਾਜਪਾ ਨੇ ਸ਼ਨੀਵਾਰ ਨੂੰ ਪੰਚਕੁਲਾ ਵਿਖੇ ਕੂਸ ਮਾਰਚ ਕੱਢਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਨੇ ਵਕੀਲਾਂ ਨੇ ਚੰਡੀਗੜ੍ਹ ਸੈਕਟਰ 17 ਪਲਾਜ਼ਾ ਵਿਖੇ ਭੋਖੜਦਾਲ ਕੀਤੀ ਇਸ ਮੌਕੇ ਹਾਜ਼ਰ ਕਮਲਜੀਤ ਸਿੰਘ ਨੇ ਦੱਸਿਆ ਕਿ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਹਤਿਆਰ ਨੱਥੂਰਾਮ ਗੂੜਸੇ ਨੇ ਕੀਤੀ ਸੀ ਇਹ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਰਹੀ ਹੈ ਅਗਲੀ ਅਹਿਮ ਖਬਰ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਹੋਈ ਹਿੰਸਾ ਉੱਤੇ ਕੈਨੇਡੀਅਨ ਸੰਸਦ ਮੈਂਬਰ ਜਗਮੀਤ ਸਿੰਘ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੈਨੇਡੀਅਨ ਸੰਸਦ ਮੈਂਬਰ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਖੇਤੀ ਕਾਨੂੰਨਾ ਵਿਰੁੱਧ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਹੋਈ ਹਿੰਸਾ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਪਹਿਚਾਣਿਆ ਜਾਣਾ ਚਾਹੀਦਾ ਹੈ ਤੇ ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਹਿੰਸਾ ਦੇ ਵਿਰੁੱਧ ਆਵਾਜ਼ ਚੁੱਕਣ। ਸੋ ਦੋਸਤੋ ਇਹ ਸਨ ਹੁਣ ਤੱਕ ਦੀਆਂ ਤਾਜ਼ਾ ਤਰੀਨ ਖਬਰਾਂ ਹਰ ਰੋਜ ਜੈਸੇ ਤਰ੍ਹਾਂ ਇਕੋ ਪਲੇਟਫਾਰਮ ਉਤੇ ਤਾਜ਼ਾਤਰੀਨ ਖਬਰਾਂ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਅਸੀਂ ਹਰ ਰੋਜ਼ ਤਾਜ਼ੀਆਂ ਤਰੀਨ ਖਬਰਾਂ ਲੈ ਕੇ ਹਾਜ਼ਰ ਹੁੰਦੇ ਰਹਿੰਨੇ ਹਾਂ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਫੇਸਬੁੱਕ WhatsApp ਦੇ ਮਾਧਿਅਮ ਨਾਲ ਹੀ ਕਿਸਾਨ ਵੀਰਾਂ ਤੱਕ ਪਹੁੰਚਾਉਣਾ ਨਾ ਭੁੱਲਣਾ ਜੀ